ਮੇਰੇ ਪਿਆਰਿਓ, ਪ੍ਰਭੂ ਯੇਸੂ ਦੇ ਨਾਮ ਵਿੱਚ ਸਵਾਗਤ ਕਰਦਾ ਹਾਂ। ਕੀ ਪਰਮੇਸ਼ਰ ਵਿੱਚ ਖੁਸ਼ ਹੋ? ਇਹ ਨਾਗਾਸਾਕੀ ਸ਼ਹਿਰ ਹੈ ਅਤੇ ਵੇਖੋ ਕਿ ਚਾਰੇ ਪਾਸੇ ਹਰਿਆਲੀ ਹੈ, ਪਰ ਅਸੀਂ ਜਾਣਦੇ ਹਾਂ ਕਿ ਇੱਕ ਸਮੇਂ ਇਹਨਾਂ ਦੋਨਾਂ ਸ਼ਹਿਰਾਂ 'ਤੇ ਪਰਮਾਣੂ ਹਮਲਾ ਕੀਤਾ ਗਿਆ ਅਤੇ ਐਟਮ ਬੰਬ ਸੁੱਟ ਕੇ ਪੂਰੀ ਤਰ੍ਹਾਂ ਨਾਸ ਕਰ ਦਿੱਤਾ ਗਿਆ ਸੀ। ਅਸੀਂ ਇਸ ਦੇ ਬਾਰੇ ਬਹੁਤ ਸੁਣਿਆ ਹੈ ਕਿ ਇਹਨਾਂ ਦੋਹਾਂ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਨਾਲ ਨਾਸ ਕਰਕੇ ਖੰਡਰ ਬਣਾ ਦਿੱਤਾ ਗਿਆ ਸੀ, ਪਰ ਹਕੀਕਤ ਇਹ ਹੈ ਕਿ ਇੱਥੇ ਉਹ ਬੰਬ 80 ਸਾਲ ਪਹਿਲਾਂ ਸੁੱਟੇ ਗਏ ਸਨ ਅਤੇ ਇਸ ਜਗ੍ਹਾ ਨੂੰ ਤਬਾਹ ਕਰ ਦਿੱਤਾ ਗਿਆ ਸੀ। ਲੇਕਿਨ ਅੱਜ ਪ੍ਰਭੂ ਨੇ ਇਹਨਾਂ ਸ਼ਹਿਰਾਂ ਉੱਤੇ ਬਰਕਤ ਦਿੱਤੀ ਹੈ ਅਤੇ ਚਾਰੇ ਪਾਸੇ ਹਰਿਆਲੀ ਅਤੇ ਖੁਸ਼ਹਾਲੀ ਹੈ। ਲੋਕਾਂ ਨੇ ਸਾਡੇ ਕੰਨਾਂ 'ਚ ਇਹ ਭਰਿਆ ਹੋਇਆ ਹੈ ਕਿ ਇਹ ਦੋਵੇਂ ਸ਼ਹਿਰ ਤਬਾਹ ਕਰ ਦਿੱਤੇ ਗਏ ਸਨ ਅਤੇ ਅੱਜ ਉੱਥੇ ਕੁਝ ਵੀ ਨਹੀਂ ਹੈ। ਲੋਕ ਇਹ ਬਹੁਤ ਪੁਰਾਣੀ ਗੱਲ ਦੱਸਦੇ ਹਨ, ਲੇਕਿਨ ਦਰਅਸਲ ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਹੁਣ ਸਭ ਬਦਲ ਗਿਆ ਹੈ। ਬਹੁਤ ਵਾਰ ਲੋਕ ਇਸ ਤਰ੍ਹਾਂ ਦੀਆਂ ਝੂਠੀਆਂ ਅਤੇ ਮਨ ਘੜਤ ਗੱਲਾਂ ਸਾਨੂੰ ਦੱਸਦੇ ਹਨ। ਮੈਂ ਵੀ ਇਹੋ ਸੋਚ ਕੇ ਇਸ ਜਗ੍ਹਾ 'ਤੇ ਆਇਆ ਸੀ ਕਿ ਇਹ ਦੋਵੇਂ ਸ਼ਹਿਰ ਅਜੇ ਵੀ ਬਿਲਕੁਲ ਖੰਡਰ ਹੋਣਗੇ, ਲੇਕਿਨ ਜਦੋਂ ਅਸੀਂ ਇੱਥੇ ਆ ਕੇ ਵੇਖਿਆ ਅਤੇ ਲੋਕਾਂ ਕੋਲੋਂ ਇਸ ਦੇ ਬਾਰੇ ਪੁੱਛਿਆ ਤਾਂ ਤਦ ਸਾਨੂੰ ਹਕੀਕਤ ਪਤਾ ਲੱਗੀ। ਅੱਜ ਇਹ ਸ਼ਹਿਰ ਪੂਰੀ ਤਰ੍ਹਾਂ ਨਾਲ ਬਦਲ ਚੁੱਕੇ ਹਨ। ਲੋਕ ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਅਕਸਰ ਕਹਿੰਦੇ ਰਹਿੰਦੇ ਹਨ, ਪਰ ਅਸੀਂ ਕਦੇ ਵੀ ਹਰ ਗੱਲ ਉੱਤੇ ਵਿਸ਼ਵਾਸ ਨਹੀਂ ਕਰਨਾ ਹੈ। ਇਸ ਤੋਂ ਸਾਨੂੰ ਇੱਕ ਸਿੱਖਿਆ ਮਿਲਦੀ ਹੈ, ਵਚਨ ਵਿੱਚੋਂ ਵੇਖਾਂਗੇ। ਜ਼ਬੂਰ 18 ਅਧਿਆਏ, ਉਸ ਦੀ 3 ਆਇਤ। ਦਾਊਦ ਨਾਮਕ ਭਗਤ ਆਪਣਾ ਅਨੁਭਵ ਦੱਸਦਾ ਹੈ। ਪ੍ਰਭੂ ਚਾਹੁੰਦਾ ਹੈ ਕਿ ਤੁਹਾਡੇ ਜੀਵਨ ਵਿੱਚ ਵੀ ਇਹ ਅਨੁਭਵ ਹੋਵੇ। ਉਹ ਕਹਿੰਦਾ ਹੈ, ਮੈਂ ਯਹੋਵਾ ਨੂੰ ਜਿਹੜਾ ਉਸਤਤ ਯੋਗ ਹੈ ਪੁਕਾਰਾਂਗਾ, ਸੋ ਮੈਂ ਆਪਣੇ ਵੈਰੀਆਂ ਤੋਂ ਬਚਾਇਆ ਜਾਵਾਂਗਾ, ਉਹ ਇਹ ਕਹਿੰਦਾ ਹੈ। ਦਾਊਦ ਦਾ ਜੋ ਅਨੁਭਵ ਹੈ ਉਸ ਤੋਂ ਅਸੀਂ ਸਿੱਖਾਂਗੇ। ਉਹ ਕਹਿੰਦਾ ਹੈ, ਮੇਰੇ ਚਾਰੇ ਪਾਸੇ ਮੇਰੇ ਵੈਰੀ ਬਹੁਤ ਵੱਧ ਗਏ ਹਨ, ਪਰ ਉਹ ਮੇਰੇ 'ਤੇ ਜੇਤੂ ਨਾ ਹੋਣਗੇ। ਅਤੇ ਉਹ ਕਹਿੰਦਾ ਹੈ ਕਿ ਮੈਂ ਸਦਾ ਪਰਮੇਸ਼ਰ ਦੀ ਉਸਤਤ ਕਰਕੇ ਜਿੱਤ ਪਾਉਂਦਾ ਰਹਾਂਗਾ। ਜਦੋਂ ਦਾਊਦ ਦੇ ਦੁਸ਼ਮਣ ਸ਼ਾਊਲ ਦੀ ਫੌਜ ਨੇ ਦਾਊਦ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ ਤਾਂ ਪਰਮੇਸ਼ਰ ਨੇ ਉਸ ਸਮੇਂ ਦਾਊਦ ਨੂੰ ਛੁਟਕਾਰਾ ਦਿੱਤਾ ਅਤੇ ਉਸੇ ਨੂੰ ਯਾਦ ਕਰਦੇ ਹੋਏ ਦਾਊਦ ਨੇ ਇਹ ਭਜਨ ਗਾਇਆ। ਤੁਸੀਂ ਵੀ ਆਪਣੇ ਜੀਵਨ ਬਾਰੇ ਵਿਚਾਰ ਕਰੋ, ਕੋਈ ਐਸਾ ਸਮਾਂ ਜ਼ਰੂਰ ਆਇਆ ਹੋਵੇਗਾ ਜਦੋਂ ਤੁਹਾਡੇ ਦੁਸ਼ਮਣਾਂ ਨੇ ਤੁਹਾਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਤੁਹਾਡਾ ਨਾਸ ਕਰਨਾ ਚਾਹਿਆ, ਤੁਹਾਨੂੰ ਬਿਲਕੁਲ ਖਤਮ ਕਰਨ ਬਾਰੇ ਸੋਚਿਆ, ਲੇਕਿਨ ਪ੍ਰਭੂ ਨੇ ਉਸ ਸਮੇਂ ਤੁਹਾਨੂੰ ਬਚਾਇਆ। ਪਰਮੇਸ਼ਰ ਨੇ ਤੁਹਾਨੂੰ ਬਚਾਇਆ, ਉਸਨੂੰ ਯਾਦ ਕਰਕੇ ਉਸਦਾ ਧੰਨਵਾਦ ਕਰੋ। ਹਰੇਕ ਖਤਰੇ ਤੋਂ ਪ੍ਰਭੂ ਨੇ ਤੁਹਾਡੀ ਰਾਖੀ ਕੀਤੀ, ਇਸ ਲਈ ਪਰਮੇਸ਼ਰ ਦੀ ਉਸਤਤ ਕਰਨੀ ਹੈ। ਜਦੋਂ ਜੀਵਨ ਵਿੱਚ ਤੁਸੀਂ ਲਗਾਤਾਰ ਉਸਤਤ ਕਰੋਗੇ ਤਾਂ ਇਸ ਨਾਲ ਕੀ ਹੋਵੇਗਾ? ਪਰਮੇਸ਼ਰ ਤੁਹਾਨੂੰ ਤੁਹਾਡੇ ਸਾਰੇ ਵੈਰੀਆਂ ਤੋਂ ਬਚਾ ਕੇ ਰੱਖੇਗਾ ਅਤੇ ਆਉਣ ਵਾਲੇ ਖਤਰਿਆਂ ਤੋਂ ਵੀ ਬਚਾ ਕੇ ਰੱਖੇਗਾ। ਜਿੱਥੇ ਤੁਸੀਂ ਕੰਮ ਕਰਦੇ ਹੋ, ਤੁਹਾਡੇ ਸਹਿਕਰਮੀ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਹੋ ਸਕਦੇ ਹਨ। ਜੇਕਰ ਸੇਵਾ ਕਰਦੇ ਹੋ, ਚਾਰੇ ਪਾਸੇ ਤੁਹਾਡੇ ਵੈਰੀ ਹੋ ਸਕਦੇ ਹਨ। ਜੇ ਜੀਵਨ ਦੇ ਵਿੱਚ ਬਰਕਤ ਹੈ ਤਾਂ ਵੀ ਲੋਕ ਤੁਹਾਨੂੰ ਵੇਖ ਕੇ ਈਰਖਾ ਕਰਨਗੇ। ਜੇਕਰ ਤੁਸੀਂ ਵਿਦਿਆਰਥੀ ਹੋ, ਚੰਗੀ ਪੜ੍ਹਾਈ ਕਰਦੇ ਹੋ, ਤਾਂ ਵੀ ਚਾਰੇ ਪਾਸਿਓਂ ਲੋਕ ਤੁਹਾਡੇ ਵੈਰੀ ਬਣਨਗੇ। ਜਿਸ ਦੁਨੀਆਂ 'ਚ ਅਸੀਂ ਰਹਿੰਦੇ ਹਾਂ ਇਸੇ ਤਰ੍ਹਾਂ ਦੀ ਹੈ। ਇਸ ਲਈ ਸਾਡੇ ਵੈਰੀ ਦੀ ਸੈਨਾ ਲਗਾਤਾਰ ਸਾਡੇ ਖਿਲਾਫ਼ ਕੰਮ ਕਰਦੀ ਹੈ, ਕਿਉਂਕਿ ਸ਼ੈਤਾਨ ਇਸੇ ਤਰ੍ਹਾਂ ਨਾਲ ਸਾਡੇ ਖਿਲਾਫ਼ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਾਹਮਣੇ ਦਿਸਣ ਵਾਲਾ ਦੁਸ਼ਮਣ ਜਾਂ ਦਿਖਾਈ ਨਾ ਦੇਣ ਵਾਲਾ ਦੁਸ਼ਮਣ, ਪਰਮੇਸ਼ਰ ਹਰ ਤਰ੍ਹਾਂ ਦੇ ਖਤਰੇ ਤੋਂ ਤੁਹਾਨੂੰ ਬਚਾਉਂਦਾ ਆਇਆ ਹੈ ਅਤੇ ਇਸ ਲਈ ਪਰਮੇਸ਼ਰ ਦੀ ਉਸ ਸੁਰੱਖਿਆ ਲਈ ਹਮੇਸ਼ਾ ਪ੍ਰਭੂ ਦੀ ਉਸਤਤ ਕਰਨੀ ਹੈ। ਜਦੋਂ ਕਦੇ ਵੀ ਕੋਈ ਸੰਕਟ ਆਉਂਦਾ ਹੈ ਤਾਂ ਤੁਸੀਂ ਆਪਣੇ ਦੁੱਖ ਦੇ ਵਿੱਚ ਡੁੱਬ ਨਹੀਂ ਜਾਣਾ ਹੈ, ਕੋਨੇ ਦੇ ਵਿੱਚ ਬੈਠ ਕੇ ਰੋਂਦੇ ਨਹੀਂ ਰਹਿਣਾ ਹੈ, ਦੂਜਿਆਂ ਕੋਲ ਜਾ ਕੇ ਅਤੇ ਉਹਨਾਂ ਨੂੰ ਆਪਣੇ ਦੁੱਖ ਦੱਸ ਕੇ ਨਹੀਂ ਰੋਣਾ ਹੈ।
ਦੂਜੇ ਲੋਕਾਂ ਦੇ ਸਾਹਮਣੇ ਜਾ ਕੇ ਪਛਤਾਵਾ ਨਹੀਂ ਕਰਨਾ ਹੈ। ਇਸ ਦੀ ਬਜਾਏ ਪਰਮੇਸ਼ਰ ਦੇ ਚਰਨਾਂ ਵਿੱਚ ਆਓ ਤੇ ਪਰਮੇਸ਼ਰ ਸਭ ਕੁਝ ਸੰਭਾਲੇਗਾ। ਕੀ ਬਹੁਤ ਪਰੇਸ਼ਾਨੀ ਦੇ ਵਿੱਚ ਹੋ? ਆਓ ਅਸੀਂ ਪ੍ਰਾਰਥਨਾ ਕਰੀਏ। ਪ੍ਰਭੂ, ਹੁਣ ਤੱਕ ਤੂੰ ਸਾਡੀ ਰਾਖੀ ਕੀਤੀ ਹੈ, ਸਾਰੇ ਖਤਰਿਆਂ ਤੋਂ ਹੁਣ ਤੱਕ ਤੂੰ ਸਾਨੂੰ ਬਚਾਇਆ ਹੈ ਤੇ ਆਉਣ ਵਾਲੇ ਦਿਨਾਂ 'ਚ ਵੀ ਤੂੰ ਹੀ ਸਾਡੀ ਰਾਖੀ ਕਰੇਂਗਾ ਤੇ ਬਚਾਵੇਂਗਾ। ਇਸ ਲਈ ਮੈਂ ਤੇਰੀ ਉਸਤਤ ਕਰਦਾ ਹਾਂ, ਉਸਤਤ ਹੋਵੇ, ਉਸਤਤ ਹੋਵੇ। ਆਮੀਨ, ਆਮੀਨ।